كده بريو كده على تيكيو هير جيت ما اسمع ناس كده بتفا فتو سنة كانت منتج عزوريس السلام عليكم تو بنو ده براوني كده بريو كده على تيكيو هير جيت ما اسمع ناس كده دفعہ پھر تو سنی خدمت کی حاضر ہے جی تے دوستو آج دا جی تریہ روزہ تریہ رمضان المبارک موسم میں تو سنی پیچھے دیکھی دے پتہ چلنا اسی کی موسم کس طرح نا ایک دفعہ پھر خوب ٹھنڈ ہو گئی ہے ٹھنڈ کوئی کہ ہوں اس نا دیکھو نا کوٹ شوٹ موڑی لائی گئی کیونکہ اتنے کلندری بھی جس لیے بہت شدید سردی ہے بارش پچھلے دو دن تھی لگاتار رہی تو ہوں اتنے خوب سردی تھی تو پیچھے تو سیکھی سکنے ہو کہ کیا خوبصورت نظارہ دا آسمانوں پر گہرے بادل دے لے بھی پیچھے کوکو شکر بھی بنا دے نے ہن میں جلنا اس بازار ہے پلندری بازار ہی گئی سم ایک دو کام دے ایک مریض ایک بھی اس کی بھی دیکھنا اور دو کوئی دو تے کام دے ساری بجلی بھی رات والی بند دی کیونکہ کوئی ٹرانسفارمر ہے بجلی بھی آ گیا بارش نہیں ہو جائے سم ہن اس جلنے ہوں پلندری مزید جلنے اتھے بھی پلندری شہر نے بھی تسیں نظارے دسا تے سان جڑی گپ شپی آ وی تسیں دسا دیکھو کہ اتنا پیارا موسم پیچھے یہ سب بارش اتے تے کسے نے آسمان دے نظارے جی تے دوستو جس طرح دیکھا کہ آسمان اوپر گہرے بادل دے باہر نہیں امن سی لیکن رمضان کی وجہ سے اتنی بارش ہوئی ہے کہ مزہ آیا جی بہت زیادہ بارش ہوئی موسم ٹھنڈ آ گیا ٹھنڈے ٹھنڈے روزے گزرنے سے بھی ਅੱਜ ਪਰ ਦੇ ਸਾਨੂੰ ਚੰਗੇ ਆਪਣੇ ਵੇ ਦੇਸ ਹੁੰਦੇ ਛੱਜ ਪਰ ਦੇ ਸਾਨੂੰ ਚੰਗੇ ਆਪਣੇ ਵੇ ਦੇਸ ਹੁੰਦੇ ਓ ਰੱਬ ਸਾਈ ਲਿਖ ਛੋੜੀ ਰੋਜ਼ੀ ਵਿੱਚ ਪਰ ਦੇ ਸਾਂ ਦੇ ਓ ਰੱਬ ਸੱਚੇ ਲਿਖ ਛੋੜੀ ਰੋਜ਼ੀ ਵਿੱਚ ਪਰ ہوں دو آئیے نماز پڑھی دفتر جو کی چھٹی ہوں جلنے بازار بازار جلی کسی کی مزید بازار نے معاملات ہی دسا کوئی چیزاں چیزاں کی دساں پھر جساں پیارا رائی نے جڑا روزے نہیں پوری رضا دی سونی ویڈیو نہیں صورت دساں ہوں میں موٹر سائیکل پہ ہی ہوں موٹر سائیکل سٹارٹ کر لگا اس دفتر جو کی چھٹی ہوں جلنے سیدھے سیدھے دساں کتاب خانی دکان نکیاں دے کتاب پشتا وہ کسا پھر زید ٹیچ کوئی اور بھی ہے اس نائن انہوں میں لگنے سال ٹیچ کوئی اور بھی بھی ہے ਦੂਜਾ ਵਿਛੜਿਆ ਸੰਗ ਨਾਲੂ ਇੱਕ ਪਰਦੇਸ ਰੱਬਾ ਦੂਜਾ ਵਿਛੜਿਆ ਸੰਗ ਨਾਲੂ ਆਈ ਨੇ ਸਹੀ ਰੋਟੀਨ ਦੱਸੀ ਜੀ ਸਵੇਰ ਸਵੇਰ ਮੌਸਮ ਕਿਹਾ ਜੈਸਾ ਬਾਰਿਸ਼ ਲੱਗੀ ਸੀ ਹਲਕੀ ਹਲਕੀ ਤਿਆੜੀ ਵੀ ਬਾਰਿਸ਼ ਰਹੀ ਜਿਸ ਦਾ ਮੈਂ ਪਿੱਛੇ ਤੁਸੀਂ ਦੇਖ ਸਕਦੇ ਕਿ ਚਾਰ ਸ਼ਾਰ ਵੀ ਆਸਮਾਨ ਤੁਸੀਂ ਦੇਖ ਸਕਦੇ ਹੋ ਕਿ ਚਾਰ ਸ਼ਾਰ ਵੀ ਪਏ ਨੇ ਠੀਕ ਹੈ ابھی دیکھو کہ چار ابھی دیکھ سکتے ہو کہ چار پہ آنا ایک بڑا سارا بادل ہونا ایک بڑا سارا ٹکڑا جڑا تھا وہ سورج کے آیا نا باقی آسمان بھی تو دیکھ سکتے ہو کہ پیچھے چڑ چڑ پے نے تو اصل گیا بازار 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 تو بعد
ਪਹਿਲੇ ਗੈਸ ਦਫ਼ਤਰ ਹੀ ਦਫ਼ਤਰ ਚ ਗੈਸ ਬਾਜ਼ਾਰ ਬਾਜ਼ਾਰਾ ਕੋ ਚੀਜ਼ਾਂ ਸੀਗਾ ਮੈਡੀਸਨ ਇੰਦੀਆਂ ਦੱਸਿਆ ਉਸਨੇ ਦੱਸਿਆ ਮੈਡੀਕਲ ਸਟੋਰ ਵੀ ਗਏ ਨਹੀਂ ਸੀ ਫਿਰ ਮੁੜੀ ਉੱਥੋਂ ਹੋਰ ਕੰਮ ਸੇ ਮੁਕਾਏ ਤੇ ਹੁਣ ਆਇਆ ਘਰ ਇਸ ਲਈ ਹੋਇਆ ਨਾ ਅਸਰ ਨਾ ਟਾਈਮ ਹੁਣ ਪਰਸਨ ਮਾਸ ਮਾਸ ਤੁਸਾਂ ਤੁਸਾਂ ਮੈਂ ਥੋੜ੍ਹਾ ਜਿਹਾ ਗੱਪ ਸ਼ੱਪ ਲਾਈ ਨਾ ਤੁਸੀਂ ਥੋੜ੍ਹੇ ਨਜ਼ਾਰੇ ਦੱਸੀ ਨਾ ਕਿੱਥੇ ਤੁਸੀਂ ਕਿਸੇ ਨੇ ਖੂਬਸੂਰਤ ਨਜ਼ਾਰੇ ਦੇ ਬੜਾ ਹੀ ਪਿਆਰਾ ਮੌਸਮ ਤੇ ਇਹ ਦੇਖੋ ਨਾ ਮੁੜੀ ਸੂਰਜ ਵੀ ਨਿਕਲ ਆਇਆ ਇਹ ਉਸਦੇ ਪਿੱਛੇ ਤੁਸੀਂ ਦੇਖਾ ਕਿਸ ਕਿੰਨੀ ਹਰਿਆਲੀ ਜੀ ਮੌਸਮ ਇੰਨਾ ਠੰਡਾ ਥਾ ਕਿ ਇੱਕ ਦਫ਼ਾ ਗਰਮੀ ਅੱਛੀ ਠੀਕ ਠਾਕ ਗਰਮੀ ਆਈ ਔਰ ਵਾਹ ਗਰਮੀ ਅੱਛਣੇ ਤੋਂ ਬਾਅਦ ਮੁੜੀ ਇੱਥੇ ਮੌਸਮ ਚੇਂਜ ਹੋਇਆ ਮੌਸਮ ਚੇਂਜ ਹੋਈ ਤਾਂ ਹੁਣ ਅਸਾਂ ਕੀ ਲੱਗਣੀ ਠੰਡ ਹੁਣ ਹੋਈ ਨਹੀਂ ਠੀਕ ਠਾਕ ਸਰਦੀ ਅਤੇ ਜਿਸ ਤਰ੍ਹਾਂ ਕਿ ਹੁਣ ਅਸੀਂ ਮਜ਼ੀਦ ਦੱਸਣੇ ਕਿ ਇਹ ਪਿੱਛੇ ਤੁਸੀਂ ਦੇਖਾ ਨਾ ਮਾੜਾ ਪਿੱਛੇ ਖੂਬਸੂਰਤ ਨਜ਼ਾਰੇ ਦੇ ਇਹ ਉਹ ਜਗ੍ਹਾ ਜਿੱਥੇ ਮੈਂ ਇੱਕ ਦਫ਼ਾ ਜਾ ਸਰਦੀਆਂ ਵਿੱਚ ਖਾਲੀ ਤਾਂ ਵੀਡੀਓ ਬਣਾਈ ਸੀ ਅਤੇ ਉਸ ਲਈ ਇਤਨੀ ਹਰਿਆਲੀ ਨਾ ਸੀ ਹੁਣ ਇੱਥੇ ਹਰਿਆਲੀ ਸ਼ਰਿਆਲੀ ਆਈ ਸੀ ਤਾਂ ਹੁਣ ਤੁਸੀਂ ਦੇਖੀ ਸਕਦੇ ਕਿ ਪਿੱਛੇ ਇਕੱਠੇ ਛੱਠੇ ਖੂਬਸੂਰਤ ਮੌਸਮ ਖੂਬਸੂਰਤ ਨਜ਼ਾਰੇ ਬਾਹਰ ਪਾਸੇ ਹਰਿਆਲੀ ਹੈ ਹਰਿਆਲੀ ਦੀ ਬਾਹਰ ਨੂੰ ਮੌਸਮ ਆ ਬਾਹਰ ਨੇ ਮੌਸਮ ਨੇ ਅਮਨ ਦੀ ਫੁੱਲ ਅਤੇ ਪਿੱਛੇ ਤੁਸੀਂ ਦੇਖੀ ਸਕਦੇ ਹਾਂ ਕਿ ਕਿੰਨਾ ਸੋਹਣਾ ਨਜ਼ਾਰਾ ਦਾ ਕਿੰਨਾ ਸੋਹਣਾ ਵਿਊ ਦਾ ਕਿ ਉਸ ਤਰ੍ਹਾਂ ਕਰਾਉਣ ਦਾ ਔਰ ਆਈ ਮੈਂ ਜਿਹੜੀ ਰੋਜ਼ਾਨੀ ਰੂਟੀਨ ਸੀ ਬਸ ਉਹ ਤੁਸੀਂ ਸਭ ਡਿਸਕਸ ਕੀਤੀ ਉਮੀਦ ਕਰਨਾ ਤੁਸਾਂ ਕਿ ਜਿਹੜੀ ਕੋਈ ਸਹੀ ਰੂਟੀਨ ਮੈਂ ਪਸੰਦ ਆਈ ਸੀ ਹੁਣ ਅਸਾਂ ਪੜ੍ਹਸਾਂ ਨਮਾਜ਼ ਨਮਾਜ਼ ਪੜ੍ਹਨੇ ਤੋਂ ਬਾਅਦ ਥੋੜ੍ਹੇ ਬਹੁਤ ਕੰਮ ਕਾਜ ਕਰਸਾਂ ਅਫਤਾਰੀ ਨੇ ਹਵਾਲੇ ਸਾਂ ਔਰ ਫਿਰ ਸ਼ਾਮੀ ਅਫਤਾਰੀ ਮੁਲਾਕਾਤ ਕਰਨੀ ਹੈ ਜੀ ਤੇ ਨਾਜ਼ਰੀ ਨੇ ਅਸਾਂ ਬੇਸਨ ਸ਼ੇਸਨ ਵੀ ਘੋਲਿਆ ਨਾ ਇੱਥੇ ਬਣਾਸਾਂ ਪਕੌੜੇ ਇੱਥੇ ਬਣਾਸਾਂ ਚਾਹ ਉਸ ਤੋਂ ਬਾਅਦ ਅਫਤਾਰੀ ਕਰਸਾਂ ਅਫਤਾਰੀ ਕਰਸਾਂ ਫਿਰ ਸਾਰੇ ਤੁਸੀਂ ਦੱਸਾਂ ਫੈਮਿਲੀ ਸ਼ੈਮਲੀ ਸਾਨੂੰ ਅਫਤਾਰੀ ਕਰਸਾਂ ਬਹਿਦੇ ਅਤੇ ਉਮੀਦ ਹੈ ਤੁਸੀਂ ਆਈ ਨਹੀਂ ਵੀਡੀਓ ਪਸੰਦ ਆਈ ਸੀ ਫਰੂਟ ਚਾਟ ਖਜੂਰਾਂ ਹੈ ਉਹ ਸਾਰਾ ਟੈਂਕਸ਼ਨ ਬਣਦਾ ਅਤੇ ਪਕੌੜੇ ਸ਼ਕੌੜੇ ਵਾਲੇ ਆ ਰਹੇ ਇਹ ਮਾੜਾ ਪੁੱਤਰ ਬਿਲਕੁਲ ਰੈਡੀ ਹੈ ਖਾਣੇ ਪੀਣੇ ਵਾਸਤੇ ਇੱਥੇ ਅਸਾਂ ਕਿਸੇ ਨਹੀਂ ਬਈ ਅੱਗ ਬਾਲੀ ਸਰਦੀ ਹੈ ਬਾਹਰ ਬਹੁਤ ਜ਼ਿਆਦਾ ਤਾਂ ਇੱਥੇ ਅਸਾਂ ਕਰਸਾਂ ਅਫਤਾਰੀ ਲੱਗਿਆ ਦਵਾ ਜੀ ਸਾਰੇ ਚਲੋ ਜੀ ਦਵਾ ਮੰਗੋ ਜੀ ਦਵਾ ਮੰਗੋ ਜੀ ਅਤੇ ਦਵਾ ਮੰਗੀ ਤਾਂ ਫਿਰ ਰੋਜ਼ਾ ਖੁਲਸਾਂ ਅਤੇ ਇਨਸ਼ਾਅੱਲਾ ਨੈਕਸਟ ਫਿਰ ਮੁਲਾਕਾਤ ਇਹਦੇ ਰਸਤੇ ਫਿਰ ਆਵਾਂਗੇ